यार जानवर तो ले लिए, मगर अब उसको टाने के लिए कसाई नहीं लग रहा। चलो लग भी जाएगा। कुर्बानी की खरीदारी चांद रात, मगर तो कह रहा है इस बात की कि कोई कसाई मिलेगा या नहीं मिलेगा। नहीं मिलेगा, ऐसा आप सोच। तो आपके इस मसले का सलूशन है हमारे पास? सलूशन नहीं, सलूशन होता जी उस्ताद जी, की करन दे जी। सलूशन ते ओ जुतियां नु लाईदा यार, ओ वीडियो कर दे। ओ यार वीडियो नु छड्डो यार, मसा घंटा लागे तानू इंग्लिश सिखाई है फिर तुसी। यार तो छड्या करना है हमारे पास, तुसी टेंशन नहीं लेनी सी, तुहाडी कुर्बानी करके जावां। तो परेशानी की बात, अभी स्क्रीन पे दिए गए नंबर को मिलाएं, कट्टा कराए भावे लेला कराए, मगर बूटे कराए जरूर बुलाए। शुक्रिया। जी वालेकुम सलाम। जी जी बूटा बूटा सही बात कर रहा हूँ मैं। जी जी जानवर करने हैं जी, मैं आपको डेट देख के बता देता हूँ। तो जानवर कितने हैं आपके? अच्छा दो जानवर हैं। खाली साहब अपनी लोकेशन आप सेंड कर दें मुझे, मैं इंशाल्लाह फिर चक्कर लगाता हूँ जी। ओके ओके अल्लाह। ਇਹੀ ਘਰ ਲੱਗਦਾ ਮੈਨੂੰ ਖਾਲਸਾ ਸਾਹਿਬ ਦਾ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਉਹ ਪੁੱਤਰ ਟੀਚਰ ਨਹੀਂ ਹੈਗੀ ਤੁਹਾਡੀ, ਛੁੱਟੀ ਕਰੋ ਅੱਜ। ਉਹ ਖਾਲਸਾ ਸਾਹਿਬ ਦਾ ਘਰ? ਹਾਂਜੀ ਖਾਲਸਾ ਸਾਹਿਬ ਦਾ ਘਰ ਹੈ, ਲੇਕਿਨ ਤੁਸੀਂ ਕੌਣ? ਮੈਂ ਬੂਟਾ ਕਸਾਈ। ਅੱਛਾ ਚਾਚਾ ਬੂਟਾ ਕਸਾਈ ਜੀ, ਤੇ ਕੀ ਤੁਸੀਂ ਕੀ ਕੋਰਸ ਕਰਨ ਆਏ ਹੋ ਇੱਥੇ? ਕੋਰਸ ਨਹੀਂ, ਉਹ ਮੈਸ਼ੇ ਲਾਉਂਦੇ ਨੇ ਨਾ ਤੇ ਬੱਚੇ ਬੱਚੇ ਕਰੀਦੇ ਨੇ। ਅੱਛਾ ਯੂਟਿਊਬ ਤੋਂ ਵੇਖ ਕੇ? ਯੂਟਿਊਬ ਤੋਂ ਵੇਖ ਕੇ ਨਹੀਂ, ਉਹ ਸਾਡਾ ਬਿਜ਼ਨਸ ਹੈਗਾ ਆਨਲਾਈਨ ਵੇਖ ਕੇ। ਅੱਛਾ ਚਾਚਾ, ਅੱਛਾ ਮੈਸੇਜ ਮੁਸੀ ਜਾਣਦੇ ਨੇ? ਹਾਂਜੀ ਠੀਕ ਹੈ, ਆਓ ਫਿਰ ਤੁਹਾਨੂੰ ਜਗ੍ਹਾ ਵਿਖਾ ਦਈਏ ਜਿੱਥੇ ਜਾਨਵਰ ਕਰ ਸੀ। ਪਹਿਲੇ ਮੈਨੂੰ ਉਹ ਵੈਜ ਵਿਖਾਓ ਜਿੰਨੇ ਜੂਸ ਜੂਸ ਪਏ ਉਹਦੇ ਕਬੂਤਰ ਛੋਟੇ। ਓਹੋ ਉਹ ਵੀ ਵਿਖਾ ਦਿੰਦੇ ਹਾਂ, ਆਇਓ ਪਹਿਲੇ ਜਗ੍ਹਾ ਤੇ ਵੇਖ ਆਈਏ ਨਾ। ਯਾਰ ਆਹ ਲੈਪਟੋਪ, ਲੈਪਟੋਪ ਮੈਂ ਅੰਦਰ ਦਾ। ਅੱਛਾ ਯਾਰ ਮੈਂ ਨਾ ਆਪਣੀ ਹਕੂਮਤ ਦੀ ਇੱਕ ਗੱਲ ਇਹ ਵੀ ਬੜੀ ਅੱਛੀ ਮੈਨੂੰ ਲੱਗੀ ਹੈ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਕੁਰਬਾਨੀ ਹੁੰਦੀ ਸੀ ਤੇ ਅਲਾਇਸ਼ਾਂ ਵਗੈਰਾ ਦੂਜੇ ਉੱਚੀ ਸੁੱਟ ਦੇ ਦਿੱਤੀ, ਠੀਕ ਹੈ, ਜਿਸ ਦੀ ਵਜ੍ਹਾ ਤੋਂ ਗੰਦਗੀ ਬੋਲ ਫੈਲਦੀ ਸੀ, ਬੱਚੇ ਬਿਮਾਰ ਹੁੰਦੇ। ਆਹ ਪਿੱਛੇ ਜੇ ਇਹਨਾਂ ਨੇ ਛਾਪੜ ਛੁਪੜ ਉਹ ਜਿਹੜੇ ਦੇਣ ਲੱਗ ਪਏ ਸਿਸਟਮ ਕੱਢਿਆ ਇਹਨਾਂ ਨੇ, ਤੇ ਤੁਹਾਨੂੰ ਵੀ ਮੈਂ ਇਹੀ ਕਹਾਂਗਾ ਕਿ ਜਿਹੜੇ ਸਾਡੇ ਜਾਨਵਰ ਦੀਆਂ ਲਾਇਸ਼ਾਂ ਚਾਹੀਦੀਆਂ ਉਹਦੀ ਵਜ੍ਹਾ ਤੋਂ ਕੋਈ ਨੁਕਸਾਨ ਨਾ ਹੋਵੇ, ਠੀਕ ਹੈ। ਛਾਪਰ ਅਸੀਂ ਤੁਹਾਨੂੰ ਦੇ ਦਿਆਂਗੇ, ਜੇ ਕਿਸੇ ਵਜ੍ਹਾ ਤੋਂ ਨਾ ਵੀ ਦੇ ਸਕੀਏ ਤਾਂ ਕੋਈ ਟੋਇਆ ਟੋਇਆ ਕੱਢ ਕੇ ਵਿੱਚ ਨੱਪ ਲੁੱਪ ਦੇਣਾ ਤਾਂ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ। ਪੈਸੇ ਭਾਵੇਂ ਦੋ ਚਾਰ ਆਨੇ ਵੱਧ ਲੈ ਲਿਆ, ਠੀਕ ਹੋ ਗਿਆ, ਕੋਈ ਮਸਲਾ ਨਹੀਂ, ਕੱਢ ਦਿਆਂਗੇ। ਤੇ ਇੱਕ ਸਾਡਾ ਬੱਕਰਾ, ਇੱਕ ਸਾਡਾ ਬੱਚਾ, ਉਹ ਤੁਸੀਂ ਕੱਢੋ ਤੇ ਕਟੋਇਆ। ਪਹਿਲੇ ਦਿਨ ਬੱਛਾ ਕਰ ਲੈਣਾ, ਦੂਜੇ ਦਿਨ ਬੱਕਰਾ, ਤੀਜੇ ਦਿਨ ਟੋਇਆ। ਜਾਨਵਰ ਵਹਾਓ। ਦੇਖੋ ਜੀ ਬੂਟਾ ਸਾਹਿਬ, ਜਾਨਵਰ ਜਿਸ ਤਰ੍ਹਾਂ ਦਾ ਵੀ ਹੋਵੇ, ਹਾਂਜੀ ਠੀਕ ਹੈ ਜੀ, ਅੱਲਾ ਦੀ ਰਾਹ ਤੇ ਦੇਣਾ, ਕਬੂਲ ਕਰਨ ਵਾਲੀ ਉਹ ਜ਼ਾਤ ਹੈ। ਹਾਂ ਬੇਸ਼ੱਕ ਅੱਲਾ ਦੀ। ਤੇ ਆਪਣਾ ਸਾਹਿਬ ਜਾਨਵਰ ਜਿਹੜਾ ਆਪਣਾ ਦਿੰਦਾ, ਕੀ ਤੁਸੀਂ ਉਹਨੂੰ ਚਿੰਗਮ ਖਵਾਉਣੀ? ਇਹ ਚਿੰਗਮ ਵੀ ਫਿਰ ਹੁੰਦਾ ਕਿ ਉਹ ਗੋਸ਼ਤ ਹਾਰਡ ਹੈ, ਉਸ ਹਿਸਾਬ ਨਾਲ ਬੋਟੀ ਬਣਾਉਣੀ ਹੁੰਦੀ। ਹਾਂਜੀ ਹਾਂਜੀ, ਨਹੀਂ ਤੁਸੀਂ ਮਾਸ਼ਾਅੱਲਾ ਜਾਨਵਰ ਮੈਂ ਤੁਹਾਨੂੰ ਵਿਖਾ ਦੇਣਾ ਵਾ, ਜਾਨਵਰ ਵੇਖ ਲਓ ਤੁਸੀਂ ਹਿਸਾਬ ਲਾ ਲੈਣਾ। ਚਲੋ ਜਾਨਵਰ ਸਾਰੇ ਸੋਹਣੇ ਨੇ, ਤੇ ਤੁਸੀਂ ਆਪਣਾ ਹਿਸਾਬ ਤਾਂ ਮੈਨੂੰ ਦੱਸ ਦੇਣਾ, ਕਿ ਬਲਕਿ ਉਹ ਆਪਾਂ ਜਾ ਕੇ ਘਰ ਬਹਿ ਕੇ ਗੱਲ ਕਰਦੇ। ਬਿਲਕੁਲ, ਇਹ ਵੇਖੋ ਨਾ ਮਾਸ਼ਾਅੱਲਾ ਮਾਸ਼ਾਅੱਲਾ ਖਾਲਸਾ ਸਾਹਿਬ, ਜਾਨਵਰ ਤਾਂ ਬੜਾ ਸੋਹਣਾ ਤੁਹਾਡਾ। ਨਹੀਂ ਨਹੀਂ ਇਹ ਮੇਰਾ ਨਹੀਂ, ਫੇਰ ਕਿੰਦਾ? ਇਹ ਹਾਈ ਸਾਹਿਬ ਬੁੜਾ ਨਾ, ਮੇਰਾ ਤੇ ਜਾਨਵਰ ਮੈਂ ਤੁਹਾਨੂੰ ਪਤਾ ਨਾ, ਮਾਸ਼ਾਅੱਲਾ ਮੈਂ ਵੈਸੇ ਬਣਾ ਰਿਹਾ ਕਿ ਮਾਸ਼ਾਅੱਲਾ
ਬੜਾ ਸੋਹਣਾ ਜਾਨਵਰ ਆਇਆ। ਇਹ ਤੇ ਮਾਸ਼ਾਅੱਲਾ ਹਾਈ ਸਾਹਿਬ ਉਡਾਉਂਦੇ ਨੇ, ਇਹਨਾਂ ਨੇ ਆਪ ਕਰਨੇ ਨੇ। ਮਾਸ਼ਾਅੱਲਾ ਜਾਨਵਰ ਬੜੇ ਬੜੇ ਆਏ ਨੇ। ਮਾਸ਼ਾਅੱਲਾ ਬਹੁਤ ਤੇ ਆ ਵੇਖੋ ਮਾਸ਼ਾਅੱਲਾ ਬਹੁਤ ਸੋਹਣਾ ਜਾਨਵਰ ਹੈ। ਅੱਲਾਹ ਕਬੂਲ ਫਰਮਾਏ ਤੇ ਬਾਬਾ ਭਰਮਾ ਜਾਨਵਰ। ਹਾਂਜੀ ਤੇ ਇਨਸ਼ਾਅੱਲਾ ਸੁਬਾ ਕਰ ਦਾਂਗੇ ਆਪਣੇ ਵੱਡੇ ਭਰਾ ਦਾ। ਪਰ ਨਹੀਂ ਨਹੀਂ ਆ ਤੇ ਆ ਬੰਦੇਦਾਰ ਹੈਗੇ ਨੇ ਉਹਨਾਂ ਦਾ ਨੂਰਦੀਨ ਸਾਹਿਬ ਦਾ ਸ਼ਰੀਫ ਜਾਨਵਰ ਜਿੰਨੇ ਤੁਸੀਂ ਜਾਨਵਰ ਵਿਖਾਏ ਨੇ ਸਾਰਿਆਂ ਨੂੰ ਬਦਮਾਸ਼ ਨੇ ਜਾਂ ਉਹਨਾਂ ਨੂੰ ਡੱਬ ਨਾਲ ਪਿਸਤੌਲ ਲਾਇਆ ਯਾਰ ਕੋ ਕਰਨ ਲਈ ਗੱਲ ਕਰੋ ਇੰਨੇ ਤੁਸੀਂ ਮੈਨੂੰ ਜਾਨਵਰ ਕਰਾਉਂਦੇ ਪਏ ਹੋ ਮੈਂ ਉਹਨਾਂ ਦਾ ਵੀਜ਼ਾ ਲੈਣਾ ਅੰਬੈਸੀ ਚੋਂ ਆਇਆ ਨਾ ਮੈਂ ਤੁਹਾਨੂੰ ਲੈ ਕੇ ਜਾਂਦਾ ਹੋਣਾ ਜਿੱਥੇ ਮੇਰੇ ਜਾਨਵਰ ਨੇ ਆਓ ਪਹਿਲੇ ਬਹਿ ਕੇ ਗੱਲ ਕਰ ਬਹਿ ਕੇ ਗੱਲ ਕਰਦੇ ਕਿਉਂਕਿ ਗੱਲ ਉਹ ਜਿਹੜੀ ਬਹਿ ਕੇ ਹੋ ਜਾਂਦੀ। ਹੁਣ ਤੁਸੀਂ ਇਹ ਦੱਸੋ ਵੀ ਰੇਟ ਕੀ ਲਵੋਗੇ ਸਾਡੇ ਕੋਲ ਰੇਟ ਕਰ ਲਾਂਗੇ ਭੈਣ ਨੂੰ ਤੁਸੀਂ ਕੋਈ ਬੰਦਾ ਆਵੇ ਕੋਈ ਬੋਤਲ ਕੋਈ ਪਾਣੀ ਆ ਮੁੰਡਿਆ ਯਾਰ ਪਾਣੀ ਪਾਣੀ ਲੈ ਕੇ ਆਈ ਭਾਈ ਵਾਸਤੇ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਆਪਾਂ ਕਰਨਾ ਕੀ ਹੈ ਤੁਸੀਂ ਬੱਕਰੇ ਦਾ ਕੀ ਲੋਕ ਕਰਨਾ ਕੀ ਤੁਸੀਂ ਕਰਨਾ ਤੁਸੀਂ ਮੈਨੂੰ ਦੱਸਣਾ ਤੁਸੀਂ ਇੱਕ ਤਾਂ ਪੂਰੀ ਦਿਹਾੜੀ ਮੈਨੂੰ ਬਾਹਰ ਫਰਾਉਂਦੇ ਰਹੇ ਹੋ ਮੇਰਾ ਇੰਨਾ ਟਾਈਮ ਵੇਸਟ ਕੀਤਾ ਉੱਤੋਂ ਮੇਰਾ ਔਨਲਾਈਨ ਕੰਮ ਹੈਗਾ ਮੇਰੇ ਇੰਨੇ ਮੇਲ ਆਉਂਦੇ ਪਏ ਨੇ ਮੈਨੂੰ ਉੱਤੋਂ ਲੈਪਟੋਪ ਵੀ ਤੁਸੀਂ ਮੇਰੇ ਕੋਲ ਰੱਖ ਲਿਆ ਕਹੋਗੇ ਉਹ ਸਰਕਾਰ ਲੈਪਟੋਪ ਤੁਹਾਡਾ ਇੱਥੇ ਇਹ ਤੁਹਾਡਾ ਕੰਮ ਨਹੀਂ ਰੁਕੇਗਾ ਲੇਕਿਨ ਇਹ ਵੇ ਕਿ ਤੁਸੀਂ ਮੇਰੇ ਨਾਲ ਰੇਟ ਤੇ ਮੁਕਾਓ ਨਾ ਰੇਟ ਇੱਕ ਬੱਕਰਾ ਆਪਣਾ ਹਾਂ ਠੀਕ ਹੈ ਇੱਕ ਆਪਣਾ ਬੱਚਾ ਉਹ ਤੁਸੀਂ ਮੈਨੂੰ ਬੱਚੇ ਦਾ ਰੇਟ ਦੱਸ ਦਿਓ ਉਹਦਾ ਕਿੰਨਾ ਲਓਗੇ ਬੱਕਰੇ ਦਾ ਦੱਸ ਦਿਓ ਕਿੰਨਾ ਲਓ। ਦੇਖ ਬਈ ਖਾਲਸਾ ਦੇਖੋ ਬੱਕਰੇ ਦਾ ਮੈਂ ਤੁਹਾਡੇ ਕੋਲ ਚਲੋ ਉਹ ਤਾਂ ਨਹੀਂ 12 ਲਈਦਾ 10,000 ਰੁਪਇਆ ਉਹਦਾ ਲੈ ਲਾਂਗੇ। ਹਾਂਜੀ ਤੇ ਆਪਣਾ ਪਾਣੀ ਨਹੀਂ ਆਇਆ ਉਹ ਮੁੰਡਿਆ ਲੈਣਾ ਮੈਂ ਕਹਿ ਦਿੱਤਾ ਪਾਣੀ ਲੈ ਯਾਰ ਪਾਣੀ ਲਿਆ ਦੇ ਯਾਰ ਦੂਸਰਾ ਜਿਹੜਾ ਬੱਚਾ ਜਿਹੜਾ ਆਪਣਾ ਕਰਨਾ 25,000 ਲਈਦਾ। ਹਾਂਜੀ ਚਲੋ ਤੁਸੀਂ ਬਾਬਾ ਸਾਨੂੰ ਖਪਾਇਆ ਤੁਸੀਂ ਸਾਨੂੰ 22,000 ਰੁਪਏ ਤੁਹਾਨੂੰ ਕਰਨਾ ਲੈ ਫਿਰ ਉੱਤੋਂ ਭਰਾ ਤੋਂ 2,000 ਵੱਧ ਲੈ ਰਹੇ ਹਰ ਹਰ ਕੰਮ ਦੇ ਵਿੱਚ ਬੱਕਰੇ ਦਾ ਵੀ ਤੂੰ ਦੋ ਜਿਹੜਾ ਨਾ ਵੱਧ ਦੱਸ ਰਿਹਾ ਤੇ ਬੱਚੇ ਦਾ ਵੀ ਤੂੰ ਦੋ ਵੱਧ ਦੱਸ ਰਿਹਾ ਖਾਲਸਾ ਹੁਣ ਤੂੰ ਭਰਾ ਦੇ ਕੋਲੋਂ 2,000 ਵੱਧ ਲਏਗਾ। ਚਲੋ ਵੇਖੋ ਕਿੱਥੇ ਰਹਿ ਗਿਆ ਮੁੰਡਾ ਕਿ ਪੱਕਾ ਕਰਕੇ ਭੇਜਿਆ ਕਿ ਮੈਂ ਜਿੰਨਾ ਮਰਜ਼ੀ ਤੈਨੂੰ ਬੁਲਾਣਾ ਤੂੰ ਭਾਈ ਪਾਣੀ ਨਹੀਂ ਲੈ ਕੇ ਯਾਰ ਉੱਠੋ ਯਾਰ ਪਾਣੀ ਲੈ ਪਾਣੀ ਲੈ ਪਤਾ ਨਹੀਂ ਇਹਨਾਂ ਨੇ ਕਰਾਉਣਾ ਵੀ ਹੈ ਕਿ ਨਹੀਂ ਉਰੇ ਉੱਤੋਂ ਮੈਂ ਦਫ਼ਤਰ ਵੀ ਖੁੱਲ੍ਹਾ ਛੱਡਣਾ ਹੈ ਤੇ ਲੈਪਟੋਪ ਜਿਹੜਾ ਉਹ ਇਹਨਾਂ ਨੇ ਮੇਰੇ ਕੋਲ ਖੋਲਿਆ ਕੈਸੇ ਬੰਦੇ ਟੱਕਰੇ ਨੇ ਯਾਰ ਅੱਲਾਹ ਦੀ ਕਸਮ ਮਾਸ਼ਾਅੱਲਾ ਖਾਲਸਾ ਸਾਹਿਬ ਤੁਸੀਂ ਮੈਨੂੰ ਸੁਬਾਹ ਦਾ ਬਹੁਤ ਫਰਾਇਆ ਠੀਕ ਹੈ ਤੇ ਬਹੁਤ ਜਾਨਵਰ ਤੁਸੀਂ ਮੈਨੂੰ ਵਿਖਾਏ ਨੇ ਲੋਕਾਂ ਦੇ ਤੇ ਆਪਣੇ ਜਾਨਵਰ ਇੱਥੇ ਕਰਨੀ ਮੈਨੂੰ ਵਿਖਾਇਆ ਉਹ ਵੀ ਵਿਖਾ ਦੇ ਭਾਏ ਨੇ ਅੱਲਾ ਦੇ ਬੰਦਿਓ ਇਹ ਜਿਹੜਾ ਦਿਨ ਹੁੰਦੇ ਨਾ ਇਹ ਸੀਜ਼ਨ ਹੁੰਦਾ ਕਸਾਈਆਂ ਦਾ ਤੇ ਇਹ ਦਿਨਾਂ 'ਚ ਤੇ ਕਸਾਈਆਂ ਕੋਲ ਸੇਰ ਫੁਰ ਕਰਨ ਦੀ ਵੀ ਨਾ ਫੁਰਸਤ ਨਹੀਂ ਹੁੰਦੀ। ਚਲੋ ਸਿਰ ਮੈਂ ਤੁਹਾਡਾ ਕੁੱਟ ਦਿਆਂਗਾ ਤੁਸੀਂ ਮੇਰਾ ਜਾਨਵਰ ਕਰ ਦੇਣਾ ਜਾਨਵਰ ਮੈਂ ਤੁਹਾਨੂੰ ਵਿਖਾ ਦਿੰਦਾ। ਉਹ ਚੋਰੀ ਸਾਹਿਬ ਗੱਲ ਕਰਨ ਦਾ ਮਕਸਦ ਹੈ ਵੇ ਕਿ
ਟਾਈਮ ਨਹੀਂ ਹੁੰਦਾ ਸਾਡੇ ਕੋਲ ਤੇ ਤੁਸੀਂ ਮੇਰਾ ਇੰਨਾ ਟਾਈਮ ਵੇਸਟ ਕਰ ਲਿਆ ਤੇ ਹਜੇ ਤੱਕ ਤੁਸੀਂ ਆਪਣਾ ਜਾਨਵਰ ਦਾ ਵੀ ਰੇਟ ਤੈਅ ਨਹੀਂ ਕੀਤਾ। ਖਾਲਸਾ ਸਾਹਿਬ ਕਰਨ ਵਾਲੀ ਗੱਲ ਕਰਿਆ ਕਰੋ ਬੂਟਾ ਜੀ, ਤੁਸੀਂ ਵੀ ਕੋਈ ਕਰਨ ਵਾਲੀ ਗੱਲ ਕਰੋ ਨਾ ਕਿ 25,000 ਬੱਚੇ ਦਾ। ਬੂਟਾ ਜੀ ਗੱਲ ਪਤਾ ਕੀ ਹੈ, ਤੁਹਾਨੂੰ ਪਤਾ ਕਿ ਤੁਸੀਂ ਆਪਣੇ ਮੂੰਹ ਦੱਸਿਆ ਕਿ ਤੁਹਾਡਾ ਸੀਜ਼ਨ ਹੁੰਦਾ ਕਸਾਈਆਂ ਦਾ। ਹਾਂਜੀ ਠੀਕ ਹੈ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਵੇਸਟ ਕਰਾਂਗਾ। ਤੁਹਾਨੂੰ ਪਤਾ ਇਹਨਾਂ ਦਿਨਾਂ 'ਚ ਆ ਕੇ ਕਸਾਈ ਟੋਪੀਆਂ ਕਰਾ ਜਾਂਦੇ ਨੇ ਜੀ, ਆ ਰਹੇ ਹਾਂ ਗੱਡੀ ਪੈਂਚਰ ਹੋ ਗਈ, ਇਹ ਹੋ ਗਿਆ ਵੋ ਹੋ ਗਿਆ, ਤੇ ਮੈਂ ਕਹਿੰਦਾ ਯਾਰ ਤੁਸੀਂ ਨਾ ਅੱਜ ਦੀ ਰਾਤ ਮੇਰੇ ਕੋਲ ਹੀ ਰੁਕੋ, ਸਵੇਰੇ ਚੰਗੀ ਤਰ੍ਹਾਂ ਨਹਾ ਨਹੂ ਕੇ ਦੋਵੇਂ ਭਰਾ ਠੀਕ ਹੈ ਸੂਟ ਪਾ ਕੇ ਨਮਾਜ਼ ਪੜ੍ਹ ਕੇ, ਤੇ ਮੈਂ ਚਾਹੁੰਦਾ ਤੁਹਾਡੀ ਛੁਰੀ ਨੂੰ ਪਹਿਲਾਂ ਲਾਓ ਮੇਰੇ ਜਾਨਵਰ ਦਾ। ਉਹ ਖਾਲਸਾ ਸਾਹਿਬ ਵੀ ਮੇਰੀ ਭੁੱਖੀ ਤਾਂ ਘਰ ਹੀ ਆ, ਤੁਸੀਂ ਮੇਰੇ ਕਦਰ ਲੱਗਦੇ ਜਿਹੜਾ ਮੈਂ ਇੱਥੇ ਚਾਹਵਾਂ ਨਾ ਰਾਤ ਰੁਕਾਂ ਇੱਥੇ ਕਿ ਸੁਬਹ ਮੈਂ ਜਾਨਵਰ ਕਰਨਾ ਜੀ, ਕਦਨ ਦਾ ਜਾਨਵਰ ਕਰ ਰਿਹਾ ਮੈਂ। ਤੇ ਯਾਰ ਮੈਂ ਤੁਹਾਨੂੰ ਪੈਸੇ ਦੇ ਰਹੇ ਨੇ, ਤੇ ਪੈਸੇ ਕੀ ਮੈਨੂੰ ਸਟੇ ਕਰਨ ਦੇ ਪੈਸੇ ਦੇ ਰਹੇ ਦੱਸ ਯਾਰ, ਗੱਲ ਕਰਨ ਦੇ ਤੁਸੀਂ ਖਾਲਸਾ ਸਾਹਿਬ ਕਰਨ ਵਾਲੀ ਗੱਲ ਕਰੋ ਯਾਰ। ਅੱਛਾ ਬੂਟਾ ਜੀ ਛੱਡੋ ਯਾਰ, ਸਾਰੀਆਂ ਗੱਲਾਂ ਛੱਡੋ, ਮੈਂ ਕਹਿੰਦਾ ਯਾਰ ਉੱਥੋਂ 100-150 ਦਾ ਸਟਾਮ ਪੇਪਰ ਲੈਂਦੇ ਹਾਂ ਠੀਕ ਹੈ, ਉਹਦੇ 'ਤੇ ਤੁਹਾਡੇ ਵੀ ਸਾਈਨ ਅੰਗੂਠੇ ਹੋ ਜਾਣਗੇ, ਮੇਰੇ ਵੀ ਸਾਈਨ ਅੰਗੂਠੇ ਹੋ ਜਾਣਗੇ ਠੀਕ ਹੈ, ਤਾਂ ਕਿ ਕੋਈ ਕੱਲ੍ਹ ਨੂੰ ਕੋਈ ਵਾਧੀ ਘਾਟੀ ਹੁੰਦੀ ਹੈ ਠੀਕ ਹੈ। ਤੁਹਾਡੇ ਵੱਲੋਂ ਅਗਰ ਕੋਈ ਵਾਧੀ ਘਾਟੀ ਹੁੰਦੀ ਹੈ ਤਾਂ ਤੁਸੀਂ ਭਰੋਗੇ, ਜੇ ਮੇਰੇ ਵੱਲੋਂ ਕੋਈ ਵਾਧੀ ਘਾਟੀ ਹੁੰਦੀ ਹੈ ਤਾਂ ਉਹ ਤੁਸੀਂ ਭਰੋਗੇ। ਨਹੀਂ ਮੈਂ ਕਹਿੰਦੀ ਚਲੋ ਬਰਨਾਲੇ ਵਿੱਚ ਸਟਾਮ ਕਿੱਥੋਂ ਆ ਗਈ, ਮੈਂ ਅਲਾਮਾ ਵੀ ਤੇਰੇ ਘਰ ਕੋਲ ਪਲਾਜ਼ਾ ਖਰੀਦਣੀ, ਜਾਂ ਮੈਂ ਕੋਈ ਜਾਇਦਾਦ ਦਾ ਹਿੱਸਾ ਲੈਣਾ, ਕੋਈ ਵਾਲੀ ਵਾਰਸ ਕੋਈ ਜਿਹੜਾ ਸੈਨ ਅੰਗੂਠੇ ਹੋਣੇ ਮੇਰੇ ਕੋਈ, ਤੇ ਕੀ ਸਿਸਟਮ ਕੀ ਸਮਝ ਨਹੀਂ ਆ ਰਹੀ ਤੁਹਾਡੀ ਖਾਲਸਾ ਸਾਹਿਬ। ਇੱਕ ਮਿੰਟ ਬੂਟਾ ਜੀ, ਮੇਰੀ ਇਹ ਗੱਲ ਤੇ ਮੈਂ ਬੰਦਾ ਹੈਗਾ ਮੱਖਾ ਦਾ, ਮੈਂ ਗੱਲ ਉਹ ਕਰਨਾ ਜਿਹਦੇ ਵਿੱਚ ਬਾਅਦ ਚੋਂ ਬੰਦੇ ਦਾ ਝਗੜਾ ਨਾ ਹੋਵੇ। ਨਹੀਂ ਤੁਸੀਂ ਖਰੇ ਜ਼ੁਬਾਨ ਦੇ ਹੋ, ਮੈਂ ਜੋ ਤੁਹਾਨੂੰ ਜ਼ੁਬਾਨ ਦੇ ਰਿਹਾ ਕਿ ਮੈਂ ਸੁਬਹਾ ਤੁਹਾਡੇ ਕੋਲ ਜਾਨਵਰ ਕਰਾਂਗਾ ਤੁਹਾਡਾ ਆ ਕੇ, ਤੇ ਤੁਹਾਨੂੰ ਯਕੀਨ ਨਹੀਂ ਹੋ ਰਿਹਾ ਯਾਨੀ ਕਿ ਯਾਰ ਤੁਸੀਂ ਜ਼ੁਬਾਨ ਮਹਾਉ ਹੋ ਗਏ, ਇਹ ਜ਼ੁਬਾਨ ਤੇ ਕਿਸੇ ਨੂੰ ਦੇਣ ਵਾਲੀ ਨਹੀਂ ਹੈ, ਇਹ ਠੱਤੀ ਹੈ। ਨਹੀਂ ਯਾਰ ਵੇਖੋ ਨਾ, ਐਸੇ ਬਹਿਸ ਤੋਂ ਬਚਣ ਵਾਸਤੇ ਮੈਂ ਕਹਿ ਰਿਹਾ ਆਪਾਂ ਸਟਾਂਪ ਪੇਪਰ ਕਰਾ ਲਈਏ, ਉਹਨੂੰ ਪੁਲਿਸ ਦੇ ਵਿੱਚ ਚਾਰ ਥਾਣੇ ਜਾ ਕੇ ਚਾਰ ਬੰਦਿਆਂ ਦੇ ਵਿੱਚ ਜਾ ਕੇ ਉਹਨੂੰ ਜਮ੍ਹਾਂ ਕਰਵਾ ਦੇਣੇ, ਤੁਸੀਂ ਵੀ ਖੁਸ਼ ਰਹੋਗੇ, ਅਸੀਂ ਵੀ ਸੁਖੀ ਰਹੋ। ਨਹੀਂ ਮੈਂ ਕੋਈ ਆਪਣਾ ਕੋਈ ਮਹਿਲ ਬਣਾ ਰਿਹਾ ਕੋਈ, ਜਾਂ ਕੋਈ ਲੱਖਾਂ ਦੀ ਇੱਥੇ ਡੀਲ ਹੋ ਰਹੀ ਤੂੰ ਪੁਲਿਸ ਜਾ ਕੇ ਜਮ੍ਹਾਂ ਕਰਾਉਣੀ ਥਾਂ। ਦੇਖੋ ਨਾ ਜੀ, ਹੁਣ ਦੋ ਬੰਦਿਆਂ ਦੀ ਗੱਲ ਹੋ ਰਹੀ, ਤੁਹਾਡੀ ਗੱਲ ਤੇ ਮੇਰੇ ਨਾਲ ਵਿੱਚ ਕੋਈ ਚੌਥਾ। ਓ ਯਾਰ ਛੱਡੋ, ਚੌਥੇ ਬੰਦੇ ਨੂੰ ਇੱਥੇ ਮੈਂ ਤੁਹਾਡੇ ਕੋਲ 20,000 ਮੰਗਿਆ ਨਾ, ਹਾਂਜੀ ਬੈੜੇ ਦਾ 16 ਉਹਨਾਂ ਦੇ ਦੇਣਾ, ਹਾਂਜੀ ਠੀਕ ਹੈ, ਬੱਕਰੇ ਤੁਹਾਡੇ ਕੋਲ ਕਿੰਨਾ ਮੰਗਿਆ 10,000 ਠੀਕ ਹੈ, ਚਲੋ ਕੋਈ ਨੀ 6 ਉਹਨਾਂ ਦੇ ਦੇਣਾ, ਮੈਂ ਖਾਣੇ ਖੁਲਾ ਤੇ ਸੈਨ ਸੁਣ ਕੋਈ ਨਹੀਂ ਕਰਨਾ। ਇਹਦਾ ਮਤਲਬ ਹੈ ਤੁਸੀਂ ਮੇਰੇ ਨਾਲ ਸਵੇਰੇ ਕੋਈ ਰੰਗਬਾਜ਼ੀ ਚਲਾਉਣੀ, ਤੁਹਾਡੇ ਦਿਲ 'ਚ ਮੈਲ ਹੈ, ਮੈਲ ਤੂੰ ਵੀ, ਤੇ ਤੁਸੀਂ ਅਗਰ ਤੁਹਾਡੇ ਦਿਲ ਦੇ ਵਿੱਚ ਐਸੀ ਵੈਸੀ ਕੋਈ ਗੱਲ ਨਹੀਂ ਹੈ, ਥਾਣੇ ਚਲ ਜਾਂਦੇ ਆਪਾਂ ਸਟਾਮ ਕਰਵਾ ਦਿੰਦੇ। ਥਾਣੇ ਗੱਲ ਦੀ ਗੱਲ ਮੈਂ ਜਾਵਾਂ, ਮੈਂ ਇੱਜ਼ਤਦਾਰ ਬੰਦਾ, ਮੈਂ ਥਾਣੇ ਜਾਵਾਂ ਜੀ, ਉੱਥੇ ਜਾ ਕੇ ਸੈਨ ਅੰਗੂਠੇ ਕਰਾਵਾਂ ਠੀਕ ਹੈ, ਇਹ ਕਿਹੜੀ ਗੱਲ ਹੋਈ ਯਾਰ। ਸਰਕਾਰ ਤੁਸੀਂ ਇੱਜ਼ਤਦਾਰ ਬੰਦੇ ਹੋ ਤਾਂ ਕੀ ਮੈਨੂੰ ਜੁੱਤੀਆਂ ਪੈਂਦੀਆਂ ਮੰਨੇ ਤੋਂ, ਮੈਂ ਇਹ ਕਹਿ ਰਿਹਾ ਹਾਂ ਕਿ ਸਰਕਾਰ ਅੱਗੇ ਆਉਣ ਵਾਲੇ ਮਸਲੇ ਤੋਂ ਬਚਣ ਵਾਸਤੇ ਆਪਾਂ ਸਟਾਮ ਕਰਾ ਰਹੇ ਹਾਂ। ਮਸਲਾ ਕੀ ਤੂੰ, ਤੈਨੂੰ ਜੇ ਮੈਂ ਕਹਿ ਰਿਹਾ ਮੈਂ ਸੁਬਹਾ ਕਰ ਦੇਵਾਂਗਾ ਜਾਨਵਰ ਤੇਰੇ, ਹੈ ਉੱਤੋਂ ਤੂੰ ਜਾਨਵਰ ਵੀ ਨਹੀਂ ਮੈਨੂੰ ਵਿਖਾਇਆ ਕਿ ਕਿਸ ਤਰ੍ਹਾਂ ਕੋਈ ਭਰਵਾਂ ਹੈ ਜਾਂ ਛੋਟਾ ਹੈ ਕੋਈ ਵੱਡਾ ਹੈ, ਸ਼ਾਇਦ ਬੰਦੇ ਆਣੇ ਹੋਣ ਨਾਲ ਕੋਈ ਕਰਨ ਵਾਸਤੇ। ਸਰ ਤੁਸੀਂ ਕੀ ਬੰਦੇ ਕੀ ਤੁਸੀਂ, ਮੈਂ ਤੁਹਾਡੇ ਕੋਲ ਕੁਆਲੀ ਕਰਵਾਉਣੀ ਆਪਣੀ ਇੱਥੇ ਘਰ। ਨਹੀਂ ਕੁਆਲੀ ਨਹੀਂ, ਬਸ ਇਹ ਹੁੰਦਾ ਕਿ ਜ਼ਿਆਦਾ ਬੰਦੇ ਆਉਣ ਵੀ ਹੁੰਦਾ ਕਿ ਬਹੁਤ ਜਲਦੀ ਤੋਂ ਜਲਦੀ ਬਣੇ ਤੇ ਬਾਕੀ ਰਿਸ਼ਤੇਦਾਰਾਂ ਤੇ ਹੱਕਦਾਰਾਂ ਤੱਕ ਪਹੁੰਚੇ। ਤੇ ਭਾਵੇਂ ਸਟਾਮ ਕਰਾਉਣ ਦਾ ਮਕਸਦ ਇਹ ਆ ਕਿ ਸਵੇਰੇ ਅਗਰ ਤੁਸੀਂ ਫਿਰ ਕੋਈ ਟੀਟੋ ਪਾਰਟੀ ਕਰਾ ਦਿੱਤੀ ਤੇ ਸਵੇਰੇ ਤੁਸੀਂ ਸ਼ਾਮੀ 4 ਵਜੇ ਮੇਰੇ ਵੱਲ ਲਾ ਵੜੋਗੇ ਤੇ 6 ਵਜੇ ਮੈਂ ਲੇਲਾ ਕਰਾ ਕੇ ਲੋਕਾਂ ਦੇ ਬੂਹੇ ਖੜਕਾ ਖੜਕਾ ਕੇ ਕਹਾਂਗਾ ਤੁਹਾਡਾ ਹਿੱਸਾ। ਸਟਾਮ ਕਰਾਉਣ ਦਾ ਮਕਸਦ ਇਹ ਆ ਕਿ ਤੁਹਾਨੂੰ ਪਤਾ ਹੋਏਗਾ ਮੈਂ ਸਵੇਰੇ ਟਾਈਮ ਨਾਲ ਪਹੁੰਚਣਾ। ਨਹੀਂ ਸਟਾਮ ਨਹੀਂ ਹੋਣਾ, ਸਟਾਮ ਨਹੀਂ, ਨਾ ਮੈਂ ਕੋਈ ਸੈਨ ਸੁਣ ਕਰਨੇ, ਨਾ ਗੁੱਠਾ, ਐ ਨਾ ਕਹੀਂ ਕਿ ਤੂੰ ਪੜ੍ਹਿਆ ਲਿਖਿਆ ਨਹੀਂ, ਇਹ ਗੱਲ ਨਹੀਂ ਹੈਗੀ। ਸਟਾਮ ਸਟੂਮ ਜੇ ਮੈਂ, ਮੇਰੀ ਜ਼ਬਾਨ ਤੈਨੂੰ ਨਹੀਂ ਇਤਬਾਰ ਹੈਗਾ ਤੇ ਭਾਈ ਸਟਾਮ ਸਟੂਮ ਨਹੀਂ ਕਰਨਾ ਮੈਂ, ਜਿੱਥੇ ਮੈਂ ਤੇਰੇ ਕੋਲ ਚਲੋ ਵੱਡੇ
ਮੈਂ ਤੈਨੂੰ